पर पारब्रह्म
جن جن نام تے آیا
Sasa
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਮੂਹ ਜਥਿਆਂ ਦਾ ਜਿਨ੍ਹਾਂ ਨੇ ਬਹੁਤ ਹੀ ਕਮਾਲ ਦਾ ਸਾਥ ਦਿੱਤਾ ਹੈ ਆਪ ਜੀ ਦੇਖ ਰਹੇ ਹੋ ਐਸਾ ਆਤਮ ਰਸ ਮੇਰੇ ਖਿਆਲ ਤੋਂ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਮੇਰੀ ਲਾਈਫ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿਉਂਕਿ ਮੇਰੇ ਬੜੇ ਸੀਨੀਅਰ ਕੀਰਤਨੀ ਬੈਠੇ ਹਨ ਮੇਰੇ ਤੋਂ ਔਰ ਬੜੇ ਸਤਿਕਾਰਯੋਗ ਤੇ ਬੜੇ ਸੁਰੀਲੇ ਕੀਰਤਨੀ ਹਨ ਤੇ ਮੈਂ ਤਾਂ ਇਹਨਾਂ ਦਾ ਕਹਿ ਲਓ ਵੀ ਬੱਚਾ ਹਾਂ ਬਟ ਇਹਨਾਂ ਦਾ ਇੰਨਾ ਪਿਆਰ ਅੱਜ ਕੀਰਤਨ ਕਰਨ ਦਾ ਇੱਕ ਵੱਖਰਾ ਹੀ ਮਾਹੌਲ ਬਣਿਆ ਮੈਨੂੰ ਨਹੀਂ ਪਤਾ ਮੈਂ ਕੀ ਗਾ ਰਿਹਾ ਸੀ ਪਰ ਮਹਾਰਾਜ ਆਪ ਹੀ ਸੇਵਾ ਲੈ ਰਹੇ ਸੋ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਐਸਾ ਸੁਭਾਗ ਬਾਰ ਬਾਰ ਬਣਦਾ ਰਹੇ ਔਰ ਐਸੀ ਛਾਂਬਰਾ ਬਾਰ ਬਾਰ ਲੈਂਦੇ ਰਹਿਣ ਸੋ ਆਓ ਇੰਨੀ ਸੇਵਾ ਪ੍ਰਵਾਨ ਕਰੋ ਅੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ ਗਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਬਹੁਤ ਹੀ ਸੁਰੀਲਾ ਤੇ ਰਸ ਪਿੰਨਾ ਕੀਰਤਨ ਕਰਕੇ ਆਪ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ ਇਹ ਉਹਨਾਂ ਦਾ ਬੜਾਪਨ ਹੈ ਕਿ ਉਹ ਸਾਡੀ ਤਾਰੀਫ ਕਰੀ ਜਾਂਦੇ ਨੇ ਉਹ ਖੁਦ ਬਹੁਤ ਸੁਰੀਲੇ ਨੇ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਸਾਡੇ ਤੋਂ ਬਾਅਦ ਵੀ ਬਹੁਤ ਸੁਰੀਲੇ ਕੀਰਤਨੀ ਹੈ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਸਾਧ ਸੰਗਤ ਜੀ ਜਿਵੇਂ ਤੁਸੀਂ ਆਪਣੀ ਅਸੀਸ ਭਾਈ ਤਵਨੀਤ ਸਿੰਘ ਉਹਨਾਂ ਨੂੰ ਦਿੱਤੀ ਹੈ ਸਾਡੇ ਸਿਰ ਤੇ ਵੀ ਆਪਣੀ ਅਸੀਸ ਬਖਸ਼ਣਾ ਕਿਰਪਾ ਕਰਨਾ ਇਸੇ ਤਰ੍ਹਾਂ ਨਾਲ ਨਾਲ ਸ਼ਬਦ ਪੜ੍ਹਨਾ ਕਿਉਂਕਿ ਆਪਾਂ ਸਾਰਿਆਂ ਨੇ ਮਿਲ ਕੇ ਅੱਜ ਸੰਗਤਮਈ ਰੂਪ ਵਿੱਚ ਕੀਰਤਨ ਕਰਨਾ ਹੈ ਕੋਈ ਵੀ ਰਸਨਾ ਐਸੀ ਨਾ ਹੋਵੇ ਜੋ ਵਾਂਝੀ ਰਹਿ ਜਾਏ ਆਓ ਸਾਰੇ ਪਿਆਰ ਨਾਲ ਮਿਲ ਕੇ ਕੀਰਤਨ ਕਰੀਏ ਜੀ ਕਿਰਪਾ ਕਰੋ ਜੀ ਸਾਧ ਸੰਗਤ ਜੀ ਸਾਰੇ ਮਿਲ ਕੇ ਕਿਰਪਾ ਕਰੋ ਜੀ
ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਤੁਮਰੀ ਕਿਰਪਾ ਸਾਰੇ ਮਿਲ ਕੇ ਕਿਰਪਾ ਕਰੋ ਤੁਸੀਂ ਬੜੇ ਭਾਗਾਂ ਵਾਲੇ ਹੋ ਬੜੀ ਖੁਸ਼ਕਿਸਮਤ ਹੋ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਸੰਤਾਂ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਬੈਠੇ ਹੋ ਬੜੇ ਭਾਗਾਂ ਵਾਲੇ ਹੋ ਕੁਛ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਘੜੀ ਨਸੀਬ ਨਹੀਂ ਹੁੰਦੀ ਕੁਛ ਐਸੇ ਲੋਕ ਨੇ ਜੋ ਹੌਸਪਿਟਲਾਂ ਵਿੱਚ ਬੈਠੇ ਨੇ ਹਾਏ ਹਾਏ ਕਰ ਰਹੇ ਨੇ ICU ਵਿੱਚ ਬੈਠੇ ਨੇ ਪਰ ਉਹਨਾਂ ਦੇ ਬੈਠਣ ਚ ਤੁਹਾਡੇ ਬੈਠਣ ਚ ਕਿੰਨਾ ਫਰਕ ਹੈ ਤੁਸੀਂ ਆਪ ਵੇਖ ਲਓ ਤੁਸੀਂ ਗੁਰੂ ਵਾਲੇ ਹੋ ਬਾਣੀ ਨਾਲ ਜੁੜੇ ਹੋਏ ਹੋ ਗੁਰੂ ਦਾ ਜਸ ਗਾ ਰਹੇ ਹੋ ਜਿੱਥੇ ਆ ਹੀ ਗਏ ਹੋ ਜਿੱਥੇ ਆ ਕੇ ਬਹਿ ਹੀ ਗਏ ਹੋ ਕਿਰਪਾ ਕਰੋ ਆਪਣੀਆਂ ਹਾਜ਼ਰੀਆਂ ਲਵਾਓ ਕੋਈ ਵੀ ਰਸਨਾ ਐਸੀ ਨਾ ਹੋਵੇ ਜੋ ਵਾਂਝੀ ਰਹਿ ਜੇ ਤੁਸੀਂ ਇਹ ਨਾ ਸੋਚ ਲੈਣਾ ਕਿ ਤੁਸੀਂ ਇੱਥੇ ਆਪ ਚੱਲ ਕੇ ਆਏ ਹੋ ਤੁਹਾਨੂੰ ਗੁਰੂ ਸਾਹਿਬ ਦਾ ਹੁਕਮ ਹੋਇਆ ਤੁਸੀਂ ਤਾਂ ਆਏ ਹੋ ਜੇ ਉਹਨਾਂ ਦਾ ਹੁਕਮ ਨਾ ਹੁੰਦਾ ਤੁਸੀਂ ਗੁਰੂ ਘਰ ਦੇ ਪਿੱਛੋਂ ਦੇ ਵੀ ਨਹੀਂ ਸੀ ਲੰਘ ਸਕਦੇ ਕਿਰਪਾ ਕਰੋ ਸਾਧ ਸੰਗਤ ਜੀ ਆਓ ਸਾਰੇ ਪਿਆਰ ਨਾਲ ਮਿਲ ਕੇ ਕਿਰਪਾ ਕਰੋ ਜੀ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਸਾਰੇ ਮਿਲ ਕੇ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਤੁਮਰੀ ਕਿਰਪਾ ਮਾਨੁਖ ਦੇਹ ਪਾਈ ਦੇਹੋ ਦਰਸ ਹਰ
مانو كتير فايي هاي
ناصر و منصور گرو گوبند سنگھ ایزدی منصور گرو گوبند سنگھ حق راگ جوں مہاراجا
ਬਾਨ ਧਾਰੀ ਬੰਦਨ ਵਿਦਾਇਆ ਬਿਸੁਨਾਗ ਬਿਸੁ ਪਰ ਵੇਦਨਾਤ ਬਾਲਾ ਕਰ ਆਜੀ ਕਰ ਬਾਨ ਧਾਰੀ ਬੰਦਨ ਵਿਦਾਇਆ ਮਹਾਰਾਜਾ ਮਹਾਰਾਜਾ ਰਾਜਾ
ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਸਾਡੇ ਤੋਂ ਹੋ ਗਈਆਂ ਹੋਣਗੀਆਂ,
ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਆਪ ਸੰਗਤ ਬਖਸ਼ਣਹਾਰੋਂ ਬਖਸ਼ ਦੇਣਾ ਜੀ ਸਾਡੇ ਤੋਂ ਬਾਅਦ ਸਾਡੇ ਅਤੀ ਸਤਿਕਾਰਯੋਗ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਬੈਠ ਜਾਓ, ਅੱਧਾ ਘੰਟਾ ਹੋਰ ਅਸੀਂ ਕੀਰਤਨ ਕਰਨਾ ਹੈ। ਉਸ ਪੰਦਰਾਂ ਬਾਕੀ ਜਦੋਂ ਭਾਈ ਸਾਹਿਬ ਬੈਠ ਗਏ ਫਿਰ ਟਾਈਮ ਦਾ ਕੁਛ ਨਹੀਂ ਪਤਾ। ਕਿਰਪਾ ਕਰਕੇ ਸਾਰੀ ਸੰਗਤ ਬੈਠ ਜਾਓ, ਅਸੀਂ ਸਾਰੇ ਇੱਥੇ ਹੀ ਹਾਂ, ਹਜੇ ਕਿਤੇ ਨਹੀਂ ਜਾਣਾ। ਕਿਰਪਾ ਕਰਕੇ ਸਾਰੀ ਸੰਗਤ ਬੈਠ ਜਾਓ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਦੇ ਕੀਰਤਨ ਦਾ ਵੀ ਆਪਾਂ ਆਨੰਦ ਲੈਣਾ। ਸੋ ਕੀਰਤਨ ਦੀ ਸਮਾਪਤੀ ਹੈ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤ ਵਾਹਿਗੁਰੂ ਮੈਂ ਇੰਨਾ ਸੀਨੀਅਰ ਹੈ ਨਹੀਂ, ਇਹਨਾਂ ਨੇ ਮੈਨੂੰ ਐਵੇਂ ਬਣਾ ਤਾ, ਮੈਨੂੰ ਅੱਜ ਹੋਰ ਹੀ ਫੀਲਿੰਗ ਆਈ ਜਾਂਦੀ ਹੈ। ਠੀਕ ਹੈ, ਉਮਰ ਚ ਭਾਵਾਂ ਸਾਰਿਆਂ ਤੋਂ ਮੈਂ ਇਸ ਵੇਲੇ ਵੱਡਾ, ਪਰ ਆਈ ਐਮ ਨੋਟ ਲਾਈਕ ਦੈਟ। ਉਹ ਪੀਜੇ ਗੁਰਦੁਆਰੇ ਵੀ ਮੈਨਾਂ ਨੂੰ ਇਹਨਾਂ ਨੇ ਅਖੀਰ ਚ ਲਾ ਤਾ, ਤੇ ਅਖੀਰ ਵਾਲੇ ਦੀ ਵੈਸੇ ਤੇ ਮੈਚ ਜਿੱਤਿਆ ਹੀ ਹੋਇਆ ਜੀ। ਹਾਂਜੀ, ਮੈਚ ਪਹਿਲਾਂ ਹੀ ਜਿੱਤਿਆ, ਉਹ ਪਹਿਲਾਂ ਹੀ ਭਾਈ ਸਾਹਿਬ ਆਪਣਾ ਵੀ ਜਿੱਤ ਕੇ ਗਏ, ਇਹ ਵੀ ਜਿੱਤ ਕੇ ਗਏ, ਤੇ ਮੇਰੀ ਤੇ ਕੋਈ ਹੈ ਹੀ ਨਹੀਂ ਜੇ ਮੈਂ ਦੋ ਸ਼ਬਦ ਕੀ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰ ਦਈਏ, ਉਹ ਆਨੰਦ ਆਇਆ ਹੀ ਹੋਇਆ। ਪੰਜਾਬੀ ਚ ਕਹਾਵਤ ਆਇਆ ਹੀ ਹੋਇਆ, ਪੰਜਾਬੀ ਚ ਕਹਾਵਤ ਆ ਕੇ ਫਾਡੀਆਂ ਨੂੰ ਗੱਫੇ, ਵਾਹਿਗੁਰੂ ਗੱਫੇ ਮਿਲਣੇ ਨੇ ਬਾਅਦ ਚ, ਵਾਹਿਗੁਰੂ। ਤੇ ਗੁਰੂ ਕਿਰਪਾ ਕਰੇ ਪਿਆਰਿਓ, ਸਤਿਗੁਰ ਬਖਸ਼ਿਸ਼ ਕਰਨ। ਅਸੀਂ ਅਕਸਰ ਕੀਰਤਨ ਲਈ ਇਕੱਠੇ ਹੁੰਦੇ ਰਹਿੰਦੇ ਹਾਂ, ਇਹ ਤਿੰਨੋਂ ਜਾਂ ਹੋਰ ਅੱਜ ਕੱਲ ਬਹੁਤੇ ਕੀਰਤਨੀਆਂ ਦੇ ਬਾਹਰ ਸੈਟਲ ਹੋਈ ਜਾ ਰਹੇ ਨੇ, ਤੇ ਪੰਜਾਬ ਚ ਕੁਝ ਕੀ ਬਚੇ ਨੇ, 8-10-15-12 ਕੀਰਤਨੀਆਂ ਨੇ, ਤੇ ਉਹ ਅਕਸਰ ਸਟੇਜਾਂ ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਹਾਂ। ਸੋ ਅੱਜ ਸਾਨੂੰ ਮੌਕਾ ਮਿਲਿਆ, ਪਰ ਆਤਮ ਰਸ ਚ ਪਹਿਲੀ ਵਾਰੀ ਮਿਲਿਆ ਮੌਕਾ ਸੱਚੀ ਮੁੱਚ। ਉਹਨਾਂ ਨਾਲ ਤੇ ਬੈਠੇ ਹਾਂ ਆਪਾਂ ਇਕੱਠੇ, ਪਰ ਭਾਈ ਜਸਪ੍ਰੀਤ ਸਿੰਘ ਉਹਨਾਂ ਨਾਲ ਪਹਿਲੀ ਵਾਰੀ ਬੈਠੇ ਆਤਮ ਰਸ ਚ, ਪਰ ਰੀਅਲੀ ਇਟ ਇਜ਼ ਅ ਵੰਡਰਫੁਲ ਐਕਸਪੀਰੀਅੰਸ। ਵਾਹਿਗੁਰੂ ਰਹਿਮਤ ਕਰੇ, ਸਾਡੀ ਸਭਨਾ ਦੀ ਹਾਜ਼ਰੀ ਪ੍ਰਵਾਨ ਹੋਵੇ। ਆਓ, ਅੱਧਾ ਘੰਟਾ ਨਹੀਂ ਕਰਨਾ ਆਪਾਂ ਕੀਰਤਨ, ਕੇਵਲ ਮੈਕਸੀਮਮ ਤੋਂ ਮੈਕਸੀਮਮ 20 ਮਿੰਟ ਬਸ, ਕਿਉਂਕਿ ਸਾਡੇ ਤੋਂ ਬਾਅਦ ਵੀ ਕੀਰਤਨ ਹੋਣਾ, ਤੋ ਤੁਸੀਂ ਵੀ ਬੜੇ ਚਿਰ ਦੇ ਬੈਠੇ ਹੋ। ਰਹਿਮਤ ਕਰਨ ਸਤਿਗੁਰੂ ਸਭ ਦਾ ਇੱਥੇ ਬੈਠਿਆ ਪ੍ਰਵਾਨ ਹੋਵੇ, ਬੜੇ ਪਿਆਰ ਨਾਲ ਤੁਸੀਂ ਸਾਰੀਆਂ ਸੰਗਤਾਂ ਕਰਿਓ ਜੀ ਕਿਰਪਾ। ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ, ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ, ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਭਗਤਾਂ ਕੀ ਸੰਤਾਂ ਕੀ ਜੋਤ ਤੋਂ, ਭਗਤਾਂ ਕੀ ਟੇਕ ਤੋਂ ਸੰਤਾਂ ਕੀ ਜੋਤ ਤੋਂ, ਸਤਿਗੁਰ ਪਾਸ ਬੇਨੰਦ ਮਿਲੇ ਨਾ ਕੋਈ ਅਧਾਰਾ, ਸਤਿਗੁਰ ਪਾਸ ਮਿਲੇ ਨਾ
गया संसारा पाप गया संसारा पाप गया संसारा भगवान की देख तू संसार की ओर तू भगवान की देख तू संसार की ओर तेरा पासारा सच तेरा पासारा सच तेरा पासारा सच तेरा पासारा भक्ता की देख संता की ओत तू भक्ता की देख
Kripa Nidhana,
ساس سمرو پرب اپنا سنگ سنگ نن رہی ہے ساتھی بست کے ہاتھ چلا پہنچے
¡Suscríbete al canal!
واهو واهو اقابت سنگا اپے گرچلا گوبند سنگ پڑو جی واهو گوبند سنگ اپے گرچلا گوبند سنگ اپے گرچلا گوبند سنگ اپے گرچلا گوبند سنگ اپے گرچلا چلا گوبند سنگ آہے گرو ਪਰਨੀਆਂ ਬੀਬੀਆਂ ਵੀ ਜਕਾਰਾ ਛੱਡ ਦਿਓ ਇਹ ਸਾਡੇ ਵਾਸਤੇ ਤੇ ਚਲੋ ਹੈ ਹੀ ਹੈ ਸਾਰੀ ਸੰਗਤ ਵਾਸਤੇ ਹੀ ਹੈ ਪਿਆਰੇ ਸੋ ਨਿਹਾਲ ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਸਾਡਾ ਕੀਤਾ ਕੀਰਤਨ ਆਪ ਜੀ ਪ੍ਰਵਾਨ ਕਰ ਲੈਣਾ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਹੈ ਮਾਲਕ ਜੀ ਮਿਹਰ ਕਰ ਇਸੇ ਤਰ੍ਹਾਂ ਸਤਿਗੁਰ ਆਪਣੇ ਗੋਦ ਵਿੱਚ ਬਿਠਾ ਕੇ ਆਪਣਾ ਜਸ ਕਰਾਉਂਦੇ ਰਹਿਣ ਕੱਲ ਸਵੇਰੇ ਇਸ ਸਮਾਗਮ ਦਾ ਲਾਸਟ ਕੀਰਤਨ ਹੈ ਸਾਡੇ ਸਾਰੇ ਕੀਰਤਨੀਆਂ ਦਾ ਮੈਂ ਪਰਸਨਲੀ ਧੰਨਵਾਦ ਕਰਦਾ ਭਾਈ ਤਵਨੀਤ ਸਿੰਘ ਜੀ ਸਤਿਕਾਰਯੋਗ ਭਾਈ ਜਸਪ੍ਰੀਤ ਸਿੰਘ ਜੀ ਭਾਈ ਮਨਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਬਹੁਤ ਪਾਵਨ ਪਵਿੱਤਰ ਧਰਤੀ ਤੇ ਇਹ ਸਤਿਗੁਰੂ ਜੀ ਦੇ ਕੀਰਤਨ ਦੀ ਸੇਵਾ ਨਿਭਾਉਂਦੇ ਹੈ ਇਹਨਾਂ ਦਾ ਵੀ ਧੰਨਵਾਦ ਆਪ ਸਮੂਹ ਰੱਬ ਰੂਪ ਸੰਗਤਾਂ ਦਾ ਵੀ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸੋਹਣੇ ਸਮਾਗਮ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਪ੍ਰਸ਼ਨ ਕਰਨ ਦਾ ਮੌਕਾ ਦਿੱਤਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਅਵਤਾਰ ਸਿੰਘ ਜੀ ਟੈਰੀ ਜੋ ਕਿ ਸਾਰੇ ਕੀਰਤਨੀਆਂ ਨਾਲ ਸਾਰੀਆਂ ਸੰਗਤਾਂ ਨਾਲ ਅਥਾਹ ਪਿਆਰ ਕਰਦੇ ਨੇ ਔਰ ਸਾਰੇ ਉਹਨਾਂ ਨੂੰ ਪਿਆਰ ਕਰਦੇ ਨੇ ਤੋ ਰਹਿਮਤ ਕਰਨ ਸਤਿਗੁਰੂ ਆਪ ਜੀ ਇਸ ਹੀਰੇ ਨੂੰ ਸਾਂਭ ਕੇ ਰੱਖੋ ਤਾਂ ਜੋ ਇਹ ਕੀਰਤਨੀਆਂ ਨੂੰ ਆਪ ਸਰਬੱਤ ਸੰਗਤਾਂ ਦੇ ਸਨਮੁੱਖ ਕੀਰਤਨ ਦਾ ਇਹ ਜੋ ਰਸ ਹੈ ਇਹ ਦਿੰਦੇ ਰਹਿਣ ਤੋ ਸਾਡੇ ਸਤਿਕਾਰਯੋਗ ਵੀਰ ਦਿੰਦੇ ਜੀ ਜੋ ਕਿ ਸਾਊਂਡ ਇੰਜੀਨੀਅਰ ਨੇ ਬੜੇ ਸੋਹਣੇ ਤਰੀਕੇ ਨਾਲ ਸਾਊਂਡ ਦਾ ਸੈਟਅਪ ਕਰਦੇ ਨੇ ਇਹਨਾਂ ਦਾ ਵੀ ਧੰਨਵਾਦ ਗੁਰੂ ਕਰਕੇ ਵਜ਼ੀਰ ਸਾਹਿਬ ਗ੍ਰੰਥੀ ਸਾਹਿਬ ਸਭ ਦਾ ਹੀ ਧੰਨਵਾਦ ਆਪ ਸਮੂਹ ਰੱਬ ਰੂਪ ਸੰਗਤਾਂ ਦਾ ਧੰਨਵਾਦ ਹੁਣ ਅਗਲੇ ਸਾਲ ਹੀ ਕਰਾਂਗੇ ਦਰਸ਼ਨ ਵਿੱਚ ਵਿਚਾਲੇ ਤੇ ਗੁਰੂ ਕਿਰਪਾ ਕਰੇ ਸਮਾਂ ਥੋੜ੍ਹਾ ਜਿਹਾ ਗੈਪ ਵੀ ਜ਼ਰੂਰੀ ਹੈ ਤੋ ਥੋੜ੍ਹੇ ਜਿਹੇ ਸਮੇਂ ਬਾਅਦ ਹੀ ਆਪ ਸੰਗਤਾਂ ਨੇ ਦਰਸ਼ਨ ਕੀਤੇ ਨੇ ਸਾਰੇ ਜਥਿਆਂ ਨੇ ਤੋ ਆਪ ਜੀ ਅਸੀਸ ਦੇਣਾ ਪ੍ਰਧਾਨ ਜੀ ਇੱਥੇ ਭੈਣ ਜੀ ਸਾਡੇ ਸਤਿਕਾਰਯੋਗ ਵੀਰ ਭੈਣ ਜੀ ਦਲਵਿੰਦਰ ਕੌਰ ਜੀ ਉਹਨਾਂ ਦਾ ਵੀ ਧੰਨਵਾਦ ਵੀਰ ਗੁਰ ਸਤਵਿੰਦਰ ਸਿੰਘ ਸਾਰੇ ਉਹਨਾਂ ਰੂਹਾਂ ਦਾ ਧੰਨਵਾਦ ਜਿਹੜੇ ਇਸ ਸਮਾਗਮ ਨੂੰ ਚਾਰ ਚੰਦ ਲਾਉਣ ਵਿੱਚ ਬਹੁਤ ਮਿਹਨਤ ਕੀਤੀ ਹੈ ਔਰ ਆਪ ਸੰਗਤਾਂ ਦਾ ਵੀ ਧੰਨਵਾਦ ਪਿਆਰ ਦਾ ਸਬੂਤ ਦੇਣਾ ਪਿਆਰਿਓ